ਆ ਲੋਕਾਂ ਦੇ ਹਾਲ ਦੇਖ ਲਵੋ, ਨਦੀ ਦੇ ਵਿੱਚ ਖੜ ਕੇ ਪ੍ਰੀ ਵੈਡਿੰਗ ਸ਼ੂਟ ਕਰਵਾ ਰਹੇ ਸੀ। ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਵੇਲੇ ਵੀ ਪਾਣੀ ਆ ਸਕਦਾ ਏ, ਤਾਂ ਉਂਝ ਹੀ ਹੋਇਆ ਕਿ ਜਿਵੇਂ ਇਹ ਪ੍ਰੀ ਵੈਡਿੰਗ ਸ਼ੂਟ ਕਰਵਾ ਰਹੇ ਸੀ, ਨਾਲ ਦੀ ਨਾਲ ਨਦੀ ਦੇ ਵਿੱਚ ਡੈਮ ਵੱਲੋਂ ਪਾਣੀ ਛੱਡ ਦਿੱਤਾ ਗਿਆ। ਪਾਣੀ ਇੰਨਾ ਜ਼ਿਆਦਾ ਛੱਡਿਆ ਗਿਆ ਕਿ ਇਸ ਪ੍ਰੀ ਵੈਡਿੰਗ ਸ਼ੂਟ ਕਰਵਾ ਰਹੇ ਜੋੜੇ ਨੂੰ ਨਦੀ 'ਚੋਂ ਬਾਹਰ ਨਿਕਲਣ ਦਾ ਸਮਾਂ ਹੀ ਨਹੀਂ ਮਿਲਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਮੌਕੇ 'ਤੇ ਚੀਕ ਚਿਹਾੜਾ ਪੈ ਜਾਂਦਾ ਏ। ਇਹਨਾਂ ਨੂੰ ਬਚਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਂਦੀ ਹੈ, ਲਾਈਫ ਜੈਕਟਾਂ ਭੇਜੀਆਂ ਜਾਂਦੀਆਂ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਰਿਸ਼ੀਕੇਸ਼ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਗੰਗਾ ਨਦੀ ਦੇ ਵਿੱਚ ਖੜ ਕੇ ਇਹ ਜੋੜਾ ਪ੍ਰੀ ਵੈਡਿੰਗ ਸ਼ੂਟ ਕਰਵਾ ਰਿਹਾ ਸੀ। ਦੇਖ ਹੀ ਸਕਦੇ ਹੋ ਚਟਾਨਾਂ ਉੱਪਰ ਨਿਕਲੀਆਂ ਹੋਈਆਂ ਨੇ ਨਦੀ ਦੇ ਵਿੱਚੋਂ। ਇਹ ਉਸ ਸਮੇਂ ਪ੍ਰੀ ਵੈਡਿੰਗ ਸ਼ੂਟ ਕਰਵਾ ਰਿਹਾ ਸੀ ਜਿਸ ਵੇਲੇ ਨਦੀ ਦੇ ਵਿੱਚ ਪਾਣੀ ਦਾ ਸਤਰ ਘੱਟ ਸੀ ਅਤੇ ਨਾਲ ਦੀ ਨਾਲ ਡੈਮ ਦੇ ਵਿੱਚੋਂ ਪਾਣੀ ਛੱਡ ਦਿੱਤਾ ਗਿਆ ਅਤੇ ਪਾਣੀ ਇੰਨਾ ਜ਼ਿਆਦਾ ਵੱਧ ਗਿਆ ਨਦੀ ਦੇ ਵਿੱਚ ਕਿ ਇਸ ਜੋੜੇ ਨੂੰ ਬਾਹਰ ਨਿਕਲਣ ਦਾ ਟਾਈਮ ਹੀ ਨਹੀਂ ਲੱਗਿਆ। ਤਾਂ ਦੱਸ ਦਈਏ ਕਿ ਇਹ ਜੋੜਾ ਦਿੱਲੀ ਤੋਂ ਰਿਸ਼ੀਕੇਸ਼ ਪ੍ਰੀ ਵੈਡਿੰਗ ਸ਼ੂਟ ਦੇ ਲਈ ਆਇਆ ਸੀ। ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਦਾ ਵਿਆਹ ਏ ਅਤੇ 27 ਸਾਲਾਂ ਅੰਜਲੀ ਅਤੇ 27 ਸਾਲ ਦਾ ਹੀ ਮੁਕੇਸ਼, ਇਹ ਦੋਨੋਂ ਜਣੇ ਨਦੀ ਦੇ ਵਿੱਚ ਖੜ ਕੇ ਪ੍ਰੀ ਵੈਡਿੰਗ ਸ਼ੂਟ ਕਰਵਾ ਰਹੇ ਸੀ। ਸਟੰਟ ਬਾਜ਼ੀ ਇੱਕ ਤਰੀਕੇ ਦੀ ਤੁਸੀਂ ਇਸ ਨੂੰ ਕਹਿ ਸਕਦੇ ਹੋ ਕਿ ਜਾਣ 'ਤੇ ਖੇਡ ਕੇ ਫੋਟੋਆਂ ਖਿਚਵਾਉਣਾ, ਜਾਣ 'ਤੇ ਖੇਡ ਕੇ ਫੋਟੋਆਂ ਖਿਚਵਾ ਰਹੇ ਸੀ ਤਾਂ ਅਚਾਨਕ ਨਦੀ ਦੇ ਵਿੱਚ ਪਾਣੀ ਵੱਧ ਗਿਆ, ਇਹ ਰੁੜ ਗਏ। NDRF ਦੀ ਟੀਮ ਵੱਲੋਂ ਅਤੇ SDRF ਦੀ ਟੀਮ ਵੱਲੋਂ ਇਹਨਾਂ ਨੂੰ ਸਾਕੁਸ਼ਲ ਬਾਹਰ ਕੱਢ ਲਿਆ ਗਿਆ ਏ, ਬੜੇ ਆਰਾਮ ਦੇ ਨਾਲ ਬਾਹਰ ਕੱਢ ਲਿਆ ਗਿਆ ਏ। ਪਰ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਪਹੁੰਚੇ ਇਹ ਵੀਡੀਓ। ਇਸ ਜੋੜੇ ਦੇ ਵਾਂਗ ਸਾਰੇ ਲੋਕ ਇਹ ਹਰਕਤਾਂ ਨਾ ਕਰਨ, ਕਿਉਂਕਿ ਪਤਾ ਨਹੀਂ ਹੁੰਦਾ ਨਦੀ ਦੇ ਵਿੱਚ ਪਾਣੀ ਕਿਸ ਸਮੇਂ ਵੱਧ ਜਾਵੇ। ਕਈ ਵਾਰ ਡੈਮ ਵਾਲੇ ਪਾਣੀ ਛੱਡ ਦਿੰਦੇ ਨੇ, ਪਹਿਲਾਂ ਵਾਰਨਿੰਗ ਜ਼ਰੂਰ ਹੁੰਦੀ ਹੈ ਪਰ ਕਈ ਵਾਰ ਲੋਕਾਂ ਨੂੰ ਉਹ ਵਾਰਨਿੰਗ ਨਹੀਂ ਸੁਣਾਈ ਦਿੰਦੀ, ਜਿਸ ਕਰਕੇ ਅਜਿਹੇ ਹਾਦਸੇ ਵਾਪਰਦੇ ਨੇ। ਅੱਜ ਤਾਂ SDRF ਦੀ ਟੀਮ ਇਹਨਾਂ ਦੇ ਨੇੜੇ ਹੀ ਸੀ ਜਿਸ ਕਰਕੇ ਇਹਨਾਂ ਨੂੰ ਬਚਾ ਲਿਆ ਗਿਆ। ਦੇਖ ਹੀ ਸਕਦੇ ਹੋ ਕਿਵੇਂ ਪਾਣੀ ਦੇ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਇਸ ਜੋੜੇ ਦਾ ਕੀ ਹਾਲ ਹੋਇਆ ਹੈ। ਇਹਨਾਂ ਦੀ ਜਾਨ ਵੀ ਜਾ ਸਕਦੀ ਸੀ, ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਲੋਕ ਇਸ ਤਰੀਕੇ ਦੀ ਕਰਤੂਤਾਂ ਕਰਨੋਂ ਹਟ ਜਾਣ। ਆ ਲੋਕਾਂ ਦੇ ਹਾਲ ਦੇਖ ਲਵੋ, ਨਦੀ ਦੇ ਵਿੱਚ ਖੜ ਕੇ ਪ੍ਰੀ ਵੈਡਿੰਗ ਸ਼ੂਟ ਕਰਵਾ ਰਹੇ ਸੀ। ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਵੇਲੇ ਵੀ ਪਾਣੀ ਆ ਸਕਦਾ ਏ, ਤਾਂ ਉਂਝ ਹੀ ਹੋਇਆ ਕਿ ਜਿਵੇਂ ਇਹ ਪ੍ਰੀ ਵੈਡਿੰਗ ਸ਼ੂਟ ਕਰਵਾ ਰਹੇ ਸੀ, ਨਾਲ ਦੀ ਨਾਲ ਨਦੀ ਦੇ ਵਿੱਚ ਡੈਮ ਵੱਲੋਂ ਪਾਣੀ ਛੱਡ ਦਿੱਤਾ ਗਿਆ। ਪਾਣੀ ਇੰਨਾ ਜ਼ਿਆਦਾ ਛੱਡਿਆ ਗਿਆ ਕਿ ਇਸ ਪ੍ਰੀ ਵੈਡਿੰਗ ਸ਼ੂਟ ਕਰਵਾ ਰਹੇ ਜੋੜੇ ਨੂੰ ਨਦੀ 'ਚੋਂ ਬਾਹਰ ਨਿਕਲਣ ਦਾ ਸਮਾਂ ਹੀ ਨਹੀਂ ਮਿਲਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਮੌਕੇ 'ਤੇ ਚੀਕ ਚਿਹਾੜਾ ਪੈ ਜਾਂਦਾ ਏ। ਇਹਨਾਂ ਨੂੰ ਬਚਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਂਦੀ ਹੈ, ਲਾਈਫ ਜੈਕਟਾਂ ਭੇਜੀਆਂ ਜਾਂਦੀਆਂ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਰਿਸ਼ੀਕੇਸ਼ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਗੰਗਾ ਨਦੀ ਦੇ ਵਿੱਚ ਖੜ ਕੇ ਇਹ ਜੋੜਾ ਪ੍ਰੀ ਵੈਡਿੰਗ ਸ਼ੂਟ ਕਰਵਾ ਰਿਹਾ ਸੀ। ਦੇਖ ਹੀ ਸਕਦੇ ਹੋ ਚਟਾਨਾਂ ਉੱਪਰ ਨਿਕਲੀਆਂ ਹੋਈਆਂ ਨੇ ਨਦੀ ਦੇ ਵਿੱਚੋਂ। ਇਹ ਉਸ ਸਮੇਂ ਪ੍ਰੀ ਵੈਡਿੰਗ ਸ਼ੂਟ ਕਰਵਾ ਰਿਹਾ ਸੀ ਜਿਸ ਵੇਲੇ ਨਦੀ ਦੇ ਵਿੱਚ ਪਾਣੀ ਦਾ ਸਤਰ ਘੱਟ ਸੀ ਅਤੇ ਨਾਲ ਦੀ ਨਾਲ ਡੈਮ ਦੇ ਵਿੱਚੋਂ ਪਾਣੀ ਛੱਡ ਦਿੱਤਾ ਗਿਆ ਅਤੇ ਪਾਣੀ ਇੰਨਾ ਜ਼ਿਆਦਾ ਵੱਧ ਗਿਆ ਨਦੀ ਦੇ ਵਿੱਚ ਕਿ ਇਸ ਜੋੜੇ ਨੂੰ ਬਾਹਰ ਨਿਕਲਣ ਦਾ ਟਾਈਮ ਹੀ ਨਹੀਂ ਲੱਗਿਆ। ਤਾਂ ਦੱਸ ਦਈਏ ਕਿ ਇਹ ਜੋੜਾ ਦਿੱਲੀ ਤੋਂ ਰਿਸ਼ੀਕੇਸ਼ ਪ੍ਰੀ ਵੈਡਿੰਗ ਸ਼ੂਟ ਦੇ ਲਈ ਆਇਆ ਸੀ। ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਦਾ ਵਿਆਹ ਏ ਅਤੇ 27 ਸਾਲਾਂ ਅੰਜਲੀ ਅਤੇ 27 ਸਾਲ ਦਾ ਹੀ ਮੁਕੇਸ਼, ਇਹ ਦੋਨੋਂ ਜਣੇ ਨਦੀ ਦੇ ਵਿੱਚ ਖੜ ਕੇ ਪ੍ਰੀ ਵੈਡਿੰਗ ਸ਼ੂਟ ਕਰਵਾ ਰਹੇ ਸੀ। ਸਟੰਟ ਬਾਜ਼ੀ ਇੱਕ ਤਰੀਕੇ ਦੀ ਤੁਸੀਂ ਇਸ ਨੂੰ ਕਹਿ ਸਕਦੇ ਹੋ ਕਿ ਜਾਣ 'ਤੇ ਖੇਡ ਕੇ ਫੋਟੋਆਂ ਖਿਚਵਾਉਣਾ,
ਜਾਣ ਤੇ ਖੇਡ ਕੇ ਫੋਟੋਆਂ ਖਿਚਵਾ ਰਹੇ ਸੀ ਤਾਂ ਅਚਾਨਕ ਨਦੀ ਦੇ ਵਿੱਚ ਪਾਣੀ ਵੱਧ ਗਿਆ, ਇਹ ਰੁੜ ਗਏ। NDRF ਦੀ ਟੀਮ ਵੱਲੋਂ ਅਤੇ SDRF ਦੀ ਟੀਮ ਵੱਲੋਂ ਇਹਨਾਂ ਨੂੰ ਸਕੁਸ਼ਲ ਬਾਹਰ ਕੱਢ ਲਿਆ ਗਿਆ ਹੈ, ਬੜੇ ਆਰਾਮ ਦੇ ਨਾਲ ਬਾਹਰ ਕੱਢ ਲਿਆ ਗਿਆ ਹੈ। ਪਰ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਪਹੁੰਚੇ ਇਹ ਵੀਡੀਓ। ਇਸ ਜੋੜੇ ਦੇ ਵਾਂਗ ਸਾਰੇ ਲੋਕ ਇਹ ਹਰਕਤਾਂ ਨਾ ਕਰਨ, ਕਿਉਂਕਿ ਪਤਾ ਨਹੀਂ ਹੁੰਦਾ ਨਦੀ ਦੇ ਵਿੱਚ ਪਾਣੀ ਕਿਸ ਸਮੇਂ ਵੱਧ ਜਾਵੇ। ਕਈ ਵਾਰ ਡੈਮ ਵਾਲੇ ਪਾਣੀ ਛੱਡ ਦਿੰਦੇ ਨੇ, ਪਹਿਲਾਂ ਵਾਰਨਿੰਗ ਜ਼ਰੂਰ ਹੁੰਦੀ ਹੈ ਪਰ ਕਈ ਵਾਰ ਲੋਕਾਂ ਨੂੰ ਉਹ ਵਾਰਨਿੰਗ ਨਹੀਂ ਸੁਣਾਈ ਦਿੰਦੀ, ਜਿਸ ਕਰਕੇ ਅਜਿਹੇ ਹਾਦਸੇ ਵਾਪਰਦੇ ਨੇ। ਅੱਜ ਤਾਂ SDRF ਦੀ ਟੀਮ ਇਹਨਾਂ ਦੇ ਨੇੜੇ ਹੀ ਸੀ ਜਿਸ ਕਰਕੇ ਇਹਨਾਂ ਨੂੰ ਬਚਾ ਲਿਆ ਗਿਆ। ਦੇਖ ਹੀ ਸਕਦੇ ਹੋ ਕਿਵੇਂ ਪਾਣੀ ਦੇ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਇਸ ਜੋੜੇ ਦਾ ਕੀ ਹਾਲ ਹੋਇਆ ਹੈ। ਇਹਨਾਂ ਦੀ ਜਾਨ ਵੀ ਜਾ ਸਕਦੀ ਸੀ, ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਲੋਕ ਇਸ ਤਰੀਕੇ ਦੀ ਕਰਤੂਤਾਂ ਕਰਨੋਂ ਹਟ ਜਾਣ।